ਸਤਿ ਸ਼੍ਰੀ ਅਕਾਲ ਫਰੈਂਡਸ, ਮੈਂ ਕੁਲਦੀਪ ਕੌਰ ਆਪਣੇ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੀ ਹਾਂ। ਅਤੇ ਅੱਜ ਆਪਾਂ ਬਣਾਵਾਂਗੇ ਨਿੰਬੂ ਦਾ ਅਚਾਰ। ਹਾਂਜੀ, ਅੱਜ ਆਪਾਂ ਨਿੰਬੂ ਦਾ ਅਚਾਰ ਪਾਵਾਂਗੇ ਅਤੇ ਬਹੁਤ ਹੀ ਸਵਾਦਿਸ਼ਟ ਬਣੂਗਾ। ਅਤੇ ਘਰ ਵਿੱਚ ਮੌਜੂਦ ਚੀਜ਼ਾਂ ਨਾਲ ਹੀ, ਸਮਾਨ ਨਾਲ, ਮਸਾਲਿਆਂ ਨਾਲ ਆਪਾਂ ਜਿਹੜਾ ਅਚਾਰ ਬਣਾਉਣਾ ਅਤੇ ਬਹੁਤ ਹੀ ਸੋਹਣਾ ਅਤੇ ਬਹੁਤ ਹੀ ਸਵਾਦਿਸ਼ਟ ਅਚਾਰ ਬਣਨਾ ਅਤੇ ਬਹੁਤ ਹੀ ਸਿੰਪਲ ਜਿਹੇ ਤਰੀਕੇ ਨਾਲ ਬਣਾਉਣਾ ਅੱਜ ਆਪਾਂ ਇਹ, ਅਤੇ ਬਿਲਕੁਲ ਵੀ ਖਰਾਬ ਨਹੀਂ ਹੋਊਗਾ। ਸਿਰਕਾ ਵਗੈਰਾ ਪਾਉਣ ਦੀ ਲੋੜ ਨਹੀਂ ਇਹਦੇ ਵਿੱਚ, ਅਤੇ ਬਹੁਤ ਹੀ ਵਧੀਆ ਅਚਾਰ ਆਪਾਂ ਬਣਾ ਕੇ ਤਿਆਰ ਕਰਨਾ। ਅਤੇ ਜਿਹੜੇ ਫਰੈਂਡ ਸਾਡੇ ਚੈਨਲ ਦੇ ਨਵੇਂ ਆ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਅਤੇ ਚਲੋ ਜੀ, ਅਚਾਰ ਪਾਉਣ ਆਪਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਜਿਹੜਾ ਹੈਗਾ ਨਿੰਬੂਆਂ ਨੂੰ ਚੰਗੀ ਤਰ੍ਹਾਂ ਧੋ ਲਿਆ ਸੀ, ਅਤੇ ਧੋ ਕੇ ਹੁਣ ਆਪਾਂ ਇਹਨਾਂ ਦੇ ਪੀਸ ਕਰ ਲੈਣੇ, ਕੱਟ ਲੈਣਾ। ਆਪਣੇ ਹਿਸਾਬ ਨਾਲ ਕੱਟ ਸਕਦੇ ਹਾਂ ਆਪਾਂ ਇਸ ਨੂੰ, ਚਾਹੋ ਤਾਂ 4 ਪੀਸ ਕਰ ਲਓ ਇਹਦੇ, ਅਤੇ ਚਾਹੋ ਜ਼ਿਆਦਾ ਕਰ ਲਓ, ਕਿਉਂਕਿ ਬੱਚੇ ਹੈਗੇ ਘਰ ਵਿੱਚ, ਤਾਂ ਆਪਾਂ ਛੋਟੇ ਪੀਸ ਵੀ ਇਹਦੇ ਜਿਹੜੇ ਹੈਗੇ ਨਿੰਬੂਆਂ ਦੇ ਕਰ ਸਕਦੇ ਹਾਂ, ਕਿਉਂਕਿ ਉਹ ਘੱਟ ਖਾਂਦੇ ਆ। ਅਤੇ ਇਸ ਤਰ੍ਹਾਂ ਆਪਾਂ ਨਿੰਬੂ ਨੂੰ ਆਪਣੇ ਹਿਸਾਬ ਨਾਲ ਜਿਹੜਾ ਹੈਗਾ ਕੱਟ ਲੈਣਾ। ਅਤੇ ਬਹੁਤ ਹੀ ਸਿੰਪਲ ਜਿਹਾ ਤਰੀਕਾ, ਅਤੇ ਅਚਾਰ ਆਪਣਾ ਬਿਲਕੁਲ ਖਰਾਬ ਨਹੀਂ ਹੋਊਗਾ। ਅਤੇ ਜਿਵੇਂ ਕਿ ਅੱਜ ਕੱਲ੍ਹ ਜਿਹੜਾ ਹੈਗਾ ਹਾਲੇ ਤੱਕ ਬਾਜ਼ਾਰ ਵਿੱਚ ਅੰਬ ਵਗੈਰਾ ਨਹੀਂ ਆਏ, ਅਤੇ ਗਰਮੀਆਂ ਦੇ ਮੌਸਮ ਵਿੱਚ ਨਿੰਬੂ ਜਿਹੜੇ ਹੈਗੇ ਆ ਚੰਗੇ ਹੁੰਦੇ ਆ, ਅਤੇ ਆਪਾਂ ਸ਼ਿਕੰਜਵੀ ਵਗੈਰਾ ਵੀ ਬਣਾ ਕੇ ਜਿਹੜਾ ਹੈਗਾ ਪੀਂਦੇ ਹਾਂ। ਅਤੇ ਨਿੰਬੂ ਦੇ ਅਚਾਰ ਨਾਲ ਜਿਹੜੀ ਹੈਗੀ ਰੋਟੀ ਬਹੁਤ ਵਧੀਆ, ਮਤਲਬ ਖਾਧੀ ਜਾਂਦੀ ਆ, ਅਤੇ ਹਜ਼ਮ ਵੀ ਛੇਤੀ ਹੋ ਜਾਂਦੀ ਗਰਮੀ ਦੇ ਮੌਸਮ ਵਿੱਚ। ਅਤੇ ਨਿੰਬੂ ਦਾ ਅਚਾਰ ਜਿਹੜਾ ਗਰਮੀ ਦੇ ਮੌਸਮ ਵਿੱਚ ਸਾਰੇ ਹੀ ਖਾਣਾ ਪਸੰਦ ਕਰਦੇ ਆ, ਅਤੇ ਇਸ ਤਰ੍ਹਾਂ ਫਟਾਫਟ ਅਚਾਰ ਬਣਾ ਕੇ ਤੁਸੀਂ ਵੀ ਖਾ ਸਕਦੇ ਹੋ, ਅਤੇ ਬਹੁਤ ਹੀ ਸਵਾਦਿਸ਼ਟ ਬਣਦਾ ਹੈ। ਅਤੇ ਬਾਹਰੋਂ ਆਪਾਂ ਨੂੰ ਕੋਈ ਵੀ ਚੀਜ਼ ਲਿਆਉਣ ਦੀ ਲੋੜ ਨਹੀਂ ਹੈਗੀ, ਘਰ ਵਿੱਚ ਮੌਜੂਦ ਮਸਾਲਿਆਂ ਨਾਲ ਆਪਾਂ ਜਿਹੜਾ ਅਚਾਰ ਬਣਾਵਾਂਗੇ। ਅਤੇ ਲਓ ਜੀ, ਸਾਰੇ ਨਿੰਬੂ ਜਿਹੜੇ ਹੈਗੇ ਕੱਟ ਲਏ ਆ, ਇਸ ਤਰ੍ਹਾਂ ਕੱਟ ਲਏ ਆ, ਨਾ ਜ਼ਿਆਦਾ ਵੱਡੀਆਂ ਪੀਸ ਕੀਤੇ ਹੈਗੇ, ਨਾ ਛੋਟੇ ਪੀਸ ਕੀਤੇ ਆ। ਅਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਹੈਗਾ ਨਮਕ ਲਗਾ ਦੇਣਾ। ਅਤੇ ਹਾਂਜੀ, ਨਮਕ ਲਗਾਉਣ ਤੋਂ ਬਾਅਦ ਆਪਾਂ ਇਹਨੂੰ ਮਿਕਸ ਕਰਨਾ ਚੰਗੀ ਤਰ੍ਹਾਂ। ਨਮਕ ਪਾ ਕੇ 1.5 ਚਮਚ, 1 ਕਿਲੋ ਨਿੰਬੂ ਲਏ ਸੀ ਆਪਾਂ, ਉਹਨਾਂ ਨੂੰ ਕੱਟ ਲਿਆ ਸੀ, ਅਤੇ ਉਹਦੇ ਵਿੱਚ ਆਪਾਂ 1.5 ਚਮਚ ਦੇ ਕਰੀਬ ਜਿਹੜਾ ਹੈਗਾ ਨਮਕ ਪਾ ਕੇ ਉਸਨੂੰ ਮਿਕਸ ਕਰ ਦੇਣਾ ਚੰਗੀ ਤਰ੍ਹਾਂ। ਹੁਣ ਜਿਹੜਾ ਹੈਗਾ ਸ਼ਾਮ ਦਾ ਟਾਈਮ ਹੈਗਾ, ਅਤੇ ਸ਼ਾਮ ਦਾ ਟਾਈਮ ਆਪਾਂ ਜਿਹੜਾ ਹੈਗਾ ਇਹ ਕੰਮ ਕਰ ਰਹੇ ਹਾਂ, ਅਤੇ ਨਾਲ ਨਾਲ ਤੁਹਾਨੂੰ ਟਾਈਮ ਵੀ ਦੱਸੂਗੀ ਵੀ ਕਿਹੜਾ ਕੰਮ ਕਿਹੜੇ ਟਾਈਮ ਕਰਨਾ ਆਪਾਂ। ਅਤੇ ਹੁਣ ਆਪਾਂ ਇਹਨਾਂ ਨੂੰ ਜਿਹੜਾ ਹੈਗਾ ਨਮਕ ਲਗਾ ਕੇ ਰੱਖਣਾ ਹੈ, ਓਵਰ ਨਾਈਟ ਰੱਖਾਂਗੇ ਆਪਾਂ, ਪੂਰੀ ਰਾਤ ਜਿਹੜਾ ਹੈਗਾ ਇਹ ਪਏ ਰਹਿਣਗੇ, ਅਤੇ ਇਹ ਜਿਹੜਾ ਹੈਗਾ ਪਾਣੀ, ਮਤਲਬ ਜਿਹੜਾ ਇਹਦਾ ਵੱਧ ਹੋਊਗਾ ਉਹ ਨਿਕਲ ਜਾਏਗਾ, ਅਤੇ ਅਗਲੇ ਦਿਨ ਸੁਬਹਾ ਆਪਾਂ ਇਹਦਾ ਪਾਣੀ ਜਿਹੜਾ ਹੈਗਾ ਛਾਣ ਲੈਣਾ, ਪੁਣ ਲੈਣਾ। ਅਤੇ ਹੁਣ ਆਪਾਂ ਇਸਨੂੰ ਓਵਰਨਾਈਟ ਰੱਖਣਾ ਵਾ। ਹਾਂਜੀ, ਅਗਲਾ ਦਿਨ ਆ ਗਿਆ, ਪੂਰੀ ਰਾਤ ਲੰਘ ਚੁੱਕੀ ਹੈ ਇਹਨਾਂ ਨੂੰ ਨਮਕ ਲਗਾ ਕੇ ਰੱਖਿਆ ਨੂੰ, ਅਤੇ ਅਗਲਾ ਦਿਨ ਆ, ਅਤੇ ਆਪਾਂ ਇਹਨਾਂ ਦਾ ਪਾਣੀ ਜਿਹੜਾ ਹੈਗਾ ਇਸ ਤਰ੍ਹਾਂ ਕੱਢ ਲਿਆ, ਜੋ ਨਮਕ ਇਹਦੇ ਵਿੱਚ ਮਿਕਸ ਹੋਇਆ ਸੀਗਾ ਉਹ ਵੀ ਪਾਣੀ ਦੇ ਰੂਪ ਵਿੱਚ ਜਿਹੜਾ ਹੈਗਾ ਨਿਕਲ ਗਿਆ। ਅਤੇ ਹੁਣ ਆਪਾਂ ਇਹਦੇ ਵਿੱਚ ਨਮਕ, ਮਤਲਬ ਜਾਜ਼ਬ ਹੋ ਗਿਆ ਚੰਗੀ ਤਰ੍ਹਾਂ, ਨਮਕੀਨ ਹੋ ਗਿਆ ਨਿੰਬੂ ਆਪਣੇ, ਅਤੇ ਇਹਦੇ ਨਾਲ ਕੀ ਹੋਊਗਾ, ਇੱਕ ਤਾਂ ਟੇਸਟ ਇਹਦਾ ਸੋਹਣਾ ਹੋਊਗਾ, ਅਤੇ ਇੱਕ ਵਾਧੂ ਪਾਣੀ ਜਿਹੜਾ ਹੈਗਾ ਉਹ ਨਿਕਲ ਜਾਏਗਾ ਇਹਦੇ 'ਚ। ਅਤੇ ਹੁਣ ਆਪਾਂ ਇਸ ਨੂੰ ਜਿਹੜਾ ਉਸੇ ਛਾਣਨੀ ਦੇ ਵਿੱਚ ਹੀ ਅਤੇ ਧੁੱਪੇ ਰੱਖਾਂਗੇ, ਪੂਰਾ ਦਿਨ ਧੁੱਪੇ ਰੱਖਣਾ। ਜਿਵੇਂ ਓਵਰਨਾਈਟ ਆਪਾਂ ਇਸ ਨੂੰ ਨਮਕ ਲਗਾ ਕੇ ਰੱਖਿਆ, ਅਤੇ ਸਾਰਾ ਦਿਨ ਹੀ, ਸਾਰੇ ਦਿਨ ਜਿਹੜਾ ਹੈਗਾ ਆਪਾਂ ਇਸ ਨੂੰ ਪੂਰਾ ਧੁੱਪ ਵਿੱਚ ਰੱਖਣਾ, ਸੁਕਾਉਣਾ। ਅਤੇ ਹਾਂਜੀ, ਅਗਲੀ ਸ਼ਾਮ ਹੋ ਗਈ ਆ, ਇੱਕ ਰਾਤ ਲੰਘ ਗਈ, ਇੱਕ ਦਿਨ ਲੰਘ ਗਿਆ ਪੂਰਾ ਧੁੱਪੇ ਰੱਖਿਆ ਨੂੰ, ਅਤੇ ਅਗਲੀ ਸ਼ਾਮ ਆ ਗਈ ਆ, 24 ਘੰਟੇ ਹੋ ਗਏ ਆਪਾਂ ਨੂੰ ਆਪਣਾ ਪ੍ਰੋਸੀਜਰ ਜਿਹੜਾ ਹੈਗਾ ਸ਼ੁਰੂ ਕੀਤੇ ਨੂੰ, ਅਤੇ ਇਹ ਸੁੱਕ ਚੁੱਕੇ ਆ, ਇੰਨੇ ਕੁ ਸੁਕਾਉਣੇ ਆ ਬਸ, ਪੂਰਾ ਦਿਨ ਨਹੀਂ ਸੁਕਾਉਣਾ ਆ ਧੁੱਪ ਦੇ ਵਿੱਚ। ਅਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਕੇ ਅਚਾਰ ਪਾ ਲਵਾਂਗੇ। ਇਹ ਹੈਗਾ ਜੀ 1.5 ਚਮਚ ਨਮਕ ਦਾ, 1 ਚਮਚ ਆਪਾਂ ਲਾਲ ਮਿਰਚ ਪਾਊਡਰ ਪਾ ਲਿਆ, 1 ਚਮਚ 1.5 ਚਮਚ ਆਪਾਂ ਹਲਦੀ ਦਾ ਪਾਊਡਰ ਪਾਵਾਂਗੇ, ਸੋਹਣਾ ਕਲਰ ਆਊਗਾ, ਟੇਸਟ ਵੀ ਸੋਹਣਾ ਆਉਂਦਾ। 1.5 ਚਮਚ ਆਪਾਂ ਹਲਦੀ ਦਾ ਪਾਊਡਰ, ਅਤੇ ਇਹ ਅਜਵੈਨ ਪਾਈ ਆ ਜੀ, ਅਜਵੈਨ 1.5-2 ਚਮਚ ਆਪਾਂ ਅਜਵੈਨ ਦੇ ਪਾ ਲੈਣੇ ਆ, ਅਤੇ ਉੱਪਰ ਦੀ ਪਾ ਦਾਂਗੇ ਤੇਲ, ਕਾਲਾ ਨਮਕ ਵੀ ਇਹਦੇ ਵਿੱਚ ਥੋੜ੍ਹਾ ਜਿਹਾ ਪਾ ਸਕਦੇ ਹੋ, ਅਤੇ ਕਾਲੀ ਮਿਰਚ ਜਿਹੜੀ ਹੈਗੀ ਆ ਉਹ ਵੀ ਪਾ ਸਕਦੇ ਹਾਂ ਆਪਾਂ ਇਹਦੇ ਵਿੱਚ ਨਾਲ ਨਾਲ। ਅਤੇ ਨਾਲ ਆਪਾਂ ਹੁਣ ਜਿਹੜਾ ਤੇਲ ਪਾਇਆ ਹੈਗਾ ਉਹ 100 ਗ੍ਰਾਮ ਤੇਲ ਪਾਇਆ ਵਾ, ਬਹੁਤ ਘੱਟ ਆ, 100 ਤੋਂ ਵੀ ਘੱਟ ਪਾਇਆ, 100 ਗ੍ਰਾਮ ਤੋਂ ਵੀ, ਮਤਲਬ ਆਪਾਂ ਕਹਿ ਸਕਦੇ ਹਾਂ ਕਿ 1 ਕੜਛੀ ਸਿਰਫ ਸਰ੍ਹੋਂ ਦੇ ਤੇਲ ਦੀ ਯੂਜ਼ ਕੀਤੀ ਆ।
ਅੱਧੀ ਕੌਲੀ ਵੀ ਕਹਿ ਸਕਦੇ ਹਾਂ। ਅਤੇ ਇਸ ਤਰ੍ਹਾਂ ਵੀ ਜ਼ਿਆਦਾ ਗਿੱਲੇ ਜੇ ਨਹੀਂ ਹੈਗੇ ਗੇ, ਠੀਕ ਠੀਕ ਜੇ ਰੱਖਣੇ, ਜ਼ਿਆਦਾ ਗਿੱਲੇ ਨਹੀਂ ਕਰਨੇ ਗੇ। ਇਹ ਬਹੁਤ ਘੱਟ ਤੇਲ ਦੇ ਵਿੱਚ ਆਪਾਂ ਜਿਹੜਾ ਹੈਗਾ ਇਹ ਨਿੰਬੂ ਦਾ ਅਚਾਰ ਪਾ ਸਕਦੇ ਹਾਂ। ਅਤੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਹੁਣ ਮਿਕਸ ਕਰ ਲੈਣਾ ਮਸਾਲਿਆਂ ਨੂੰ ਨਿੰਬੂਆਂ ਦੇ ਵਿੱਚ, ਤਾਂ ਜੋ ਸਾਰੇ ਪੀਸਾਂ ਨੂੰ ਜਿਹੜਾ ਹੈਗਾ ਮਸਾਲਾ ਜਿਹੜਾ ਹੈਗਾ ਆਪਣਾ ਲੱਗ ਸਕੇ। ਅਤੇ ਬਿਲਕੁਲ ਸਿੰਪਲ ਮਸਾਲੇ ਦੇ ਨਾਲ ਆਪਾਂ ਜਿਹੜਾ ਨਿੰਬੂ ਦਾ ਅਚਾਰ ਪਾਇਆ ਅਤੇ ਬਹੁਤ ਹੀ ਟੇਸਟੀ ਬਣਦਾ, ਅਤੇ ਇਹਨੂੰ ਆਪਾਂ ਤੀਸਰੇ ਦਿਨੋਂ ਜਿਹੜਾ ਹੈਗਾ ਇਹ ਖਾਣ ਵਾਲਾ ਬਣ ਜਾਂਦਾ। ਅਤੇ ਬਹੁਤ ਸੋਹਣਾ ਵੀ ਬਣਿਆ ਅਤੇ ਬਹੁਤ ਟੇਸਟੀ ਵੀ ਬਣਿਆ, ਕਿਉਂਕਿ ਵਾਧੂ ਮਸਾਲੇ ਨਹੀਂ ਹੈਗੇ ਇਹਦੇ ਵਿੱਚ। ਗਰਮੀ ਦੇ ਮੌਸਮ ਵਿੱਚ ਖਾਣਾ ਅਚਾਰ ਨਿੰਬੂ ਦਾ ਤਾਂ ਇਸ ਤਰ੍ਹਾਂ ਹੀ ਪਾਓ, ਕਿਉਂਕਿ ਜ਼ਿਆਦਾ ਮਸਾਲੇ ਜਿਹੜੇ ਹੈਗੇ ਗਰਮੀ ਦੇ ਮੌਸਮ ਵਿੱਚ ਚੰਗੇ ਨਹੀਂ ਰਹਿੰਦੇ। ਤਾਂ ਹੁਣ ਆਪਾਂ ਇਸ ਨੂੰ ਇੱਕ ਡੱਬੇ ਦੇ ਵਿੱਚ ਕੱਢ ਲਾਂਗੇ ਅਤੇ ਬਿਲਕੁਲ ਵੀ ਖਰਾਬ ਨਹੀਂ ਹੋਊਗਾ, ਜਿੰਨਾ ਟਾਈਮ ਮਰਜ਼ੀ ਰੱਖੋ ਇਸ ਨੂੰ। ਸਿਰਕਾ ਵਗੈਰਾ ਪਾਉਣ ਦੀ ਕੋਈ ਲੋੜ ਨਹੀਂ ਹੈਗੀ, ਅਤੇ ਬਿਨਾਂ ਕਿਸੇ ਆਪਾਂ ਐਸਿਡ ਦੇ, ਬਿਨਾਂ ਕਿਸੇ ਹੋਰ ਵਾਧੂ ਚੀਜ਼ ਦੇ ਆਪਾਂ ਜਿਹੜਾ ਹੈਗਾ ਅਚਾਰ ਪਾਇਆ ਹੈਗਾ। ਬਹੁਤ ਹੀ ਟੇਸਟੀ ਅਤੇ ਹੈਲਦੀ ਵੀ ਆ, ਅਤੇ ਆਪਣੀ ਰੋਟੀ ਵਗੈਰਾ ਜੋ ਆਪਾਂ ਗਰਮੀ ਦੇ ਮੌਸਮ ਵਿੱਚ ਕਈਆਂ ਨੂੰ ਹਜ਼ਮ ਨਹੀਂ ਆਉਂਦੀ, ਤਾਂ ਇਸ ਤਰ੍ਹਾਂ ਸਿੰਪਲ ਤਰੀਕੇ ਨਾਲ ਅਚਾਰ ਜਿਹੜਾ ਪਾ ਕੇ ਰੱਖਣ ਅਤੇ ਰੋਟੀ ਦੇ ਨਾਲ ਖਾਣ, ਸਬਜ਼ੀ ਵਗੈਰਾ ਦੇ ਨਾਲ ਲੈ ਸਕਦੇ ਹਾਂ ਆਪਾਂ। ਅਤੇ ਬਹੁਤ ਹੀ ਜਿਹੜਾ ਹੈਲਦੀ ਹੈਗਾ ਵਾ, ਅਤੇ ਬਹੁਤ ਹੀ ਸੋਹਣਾ ਵੀ ਆ ਅਤੇ ਖਰਾਬ ਵੀ ਨਹੀਂ ਹੁੰਦਾ, ਸਿੰਪਲ ਤਰੀਕੇ ਨਾਲ ਪਾਇਆ। ਦੇਖੋ ਜੀ ਕਲਰ ਕਿੰਨਾ ਸੋਹਣਾ ਆਇਆ, ਤੁਸੀਂ ਦੇਖ ਸਕਦੇ ਹੋ, ਬਿਲਕੁਲ ਸਿੰਪਲ ਮਸਾਲਿਆਂ ਦੇ ਨਾਲ। ਕਿਉਂਕਿ ਪਹਿਲਾਂ ਤਾਂ ਲੇਡੀਜ਼ ਇਸੇ ਤਰ੍ਹਾਂ ਹੀ ਪਾਉਂਦੀਆਂ ਸੀਗੀਆਂ ਅਚਾਰ, ਨਿੰਬੂ ਮਿਰਚਾਂ ਦਾ ਵੀ ਅਚਾਰ ਸਿੰਪਲ ਤਰੀਕੇ ਨਾਲ ਪਾ ਲੈਂਦੇ ਸੀ, ਅਤੇ ਕੱਲਾ ਅੰਬ ਦੇ ਅਚਾਰ ਵਿੱਚ ਜ਼ਿਆਦਾ ਮਸਾਲੇ ਪਾਉਂਦੇ ਸੀ। ਅਤੇ ਲਓ ਜੀ ਦੇਖੋ ਕਿੰਨਾ ਸੋਹਣਾ ਅਚਾਰ ਆਪਣਾ ਬਣ ਗਿਆ। ਇਹ 1 ਕਿਲੋ ਨਿੰਬੂ ਸੀਗੇ ਜੋ ਸੁਕਾਏ ਆਪਾਂ, ਇਹ ਤਾਂ ਬਿਲਕੁਲ ਥੋੜ੍ਹੇ ਰਹਿ ਗਏ ਆ। ਅਤੇ ਸੁਕਾਉਣ ਨਾਲ ਬਹੁਤ ਫਾਇਦਾ ਹੁੰਦਾ ਕਿ ਖਰਾਬ ਨਹੀਂ ਹੁੰਦਾ ਅਚਾਰ ਆਪਣਾ। ਤਾਂ ਠੀਕ ਹੈ ਜੀ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਅਤੇ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰੋ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ। ਅੱਜ ਦੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ।